ਭਾਈ ਚੰਡੀਗੜ੍ਹ ਆਈ ਆ। ਲੁਧਿਆਣੇ ਚ ਹੁੰਦੇ ਸੀ ਕਿ ਚੰਡੀਗੜ੍ਹ ਜਾਣਾ ਚੰਡੀਗੜ੍ਹ ਜਾਣਾ, ਹੁਣ ਮੈਂ ਚੰਡੀਗੜ੍ਹ ਆ ਗਈ ਆ ਤੇ ਮੁੰਡਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ? ਮੈਨੂੰ ਕੋਈ ਪੁੱਛਦਾ ਨਹੀਂ ਪਿਆ ਪਾਪੂ ਜਾਣਾ ਕਿ ਨਹੀਂ ਜਾਣਾ, ਕੋਈ ਮੈਨੂੰ ਛੇੜਦਾ ਨਹੀਂ ਪਿਆ। ਕਿ ਉਹ ਬੁਲਾਤੀ ਹੈ ਮਗਾ ਜਾਣੇ ਕਾ ਨਹੀਂ? ਨਹੀਂ ਮੈਂ ਸੂਟ ਪਾਇਆ ਤਾਂ ਕਰਕੇ ਮੈਨੂੰ ਲੱਗਦਾ ਮੈਨੂੰ ਕੋਈ ਛੇੜ ਦੇ, ਛੋਟੇ ਕੱਪੜੇ ਪਾਣੇ ਪੈਣੇ ਲੱਗਦਾ, ਬਟ ਮੈਂ ਤਾਂ ਪਾ ਨਹੀਂ ਸਕਦੀ। ਦੇਖਣ ਵਾਲੀ ਦੀ ਗਲਤੀ ਹੁੰਦੀ ਆ, ਤੁਸੀਂ ਫੇਮਸ ਕਰਦੇ ਪਏ ਹੋ ਵਧੀਆ ਚੀਜ਼ ਨੂੰ, ਤੁਸੀਂ ਪ੍ਰਮੋਟ ਕਦੀ ਨੀ ਕਰਦੇ, ਕਦੀ ਫੇਮਸ ਨੀ ਕਰਦੇ, ਤੁਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਦੇਖਣਾ ਪਸੰਦ ਕਰਦੇ ਹੋ। ਤੁਹਾਡੀ ਵੀ ਗਲਤੀ ਮੈਂ ਦੱਸਦੀ ਹਾਂ ਕਿਉਂ ਨਹੀਂ ਹੈਗੀ, ਕਿਉਂ? ਕਿਉਂਕਿ ਘਰੋਂ ਬੰਦਾ ਫੈਡ ਅਪ ਹੋਇਆ, ਕੋਈ ਜਨਾਨੀ ਤੋਂ ਹੋਇਆ, ਕੋਈ ਬੋਏਫ੍ਰੈਂਡ ਤੋਂ ਹੋਇਆ, ਪਤਾ ਨਹੀਂ ਬੌਸ ਤੋਂ ਹੋਇਆ। ਤੁਸੀਂ ਵੀ ਇੰਜੋਇਮੈਂਟ ਕਰਨੀ ਆ, ਹੈ ਨਾ, ਲਾਈਫ ਜੀਣਾ, ਅਤੇ ਤੁਸੀਂ ਕੁਛ ਇਹੋ ਜਿਹੀ ਚੀਜ਼ ਦੇਖੋ ਜਿਹ 'ਚ ਮਸਾਲਾ ਆ ਅਤੇ ਤੁਸੀਂ ਖੁਸ਼ ਹੋਣਾ। ਸਿੰਪਲ ਜਿਹੀ ਗੱਲ ਆ ਯਾਰ, ਦੇਖੋ, ਸਪੋਰਟ ਕਰੋ ਯਾਰ, ਜਿਹੜਾ ਕੱਪੜੇ ਲਾਉਂਦੀ ਆ ਉਹਨੂੰ ਵੀ ਦੇਖੋ, ਜਿਹੜਾ ਕਿ ਗਲਤ ਬੋਲਦੀ ਆ ਉਹਨੂੰ ਵੀ ਦੇਖੋ, ਅਤੇ ਮੈਨੂੰ ਵੀ ਦੇਖੋ, ਮੈਨੂੰ ਲਾਈਕ ਕਰੋ ਅਤੇ ਸਪੋਰਟ ਕਰੋ। ਅਤੇ ਮੈਂ ਵਿੱਚ ਆਉਂਦੀ ਹਾਂ, ਮਤਲਬ ਕਿ ਨਾ ਮੈਂ ਗਲਤ ਬੋਲਦੀ ਹਾਂ ਜ਼ਿਆਦਾ, ਨਾ ਮੈਂ ਸਹੀ ਹਾਂ। ਸਪੋਰਟ ਕਰੋ ਦੋਸਤੋ, ਅਤੇ ਮੈਂ ਇੱਦਾਂ ਹੀ ਕਰਦੀ ਰਹੂੰਗੀ।